लगी चोट
सताए हुए रोगी जे हॉस्पिटल डॉक्टर के दरवाजे ते अपनी पीड़ा हरण लई थां थां भटकते ने
ਤੇ ਸੁੱਟਦੇ ਨੇ ਕੋਈ ਵੈਦ ਮਿਲ ਜਾਏ ਮੇਰੀ ਪੀੜਾ ਹਰ ਦੇਵੇ। ਜਿਉਂ ਜਿਉਂ ਪੀੜਾ ਵੱਧਦੀ ਰੋਗ ਵੱਧਦਾ ਜਾਂਦਾ ਤਿਉਂ ਤਿਉਂ ਉਹ ਹਾਲ ਭਾਰਿਆ ਜ਼ਿਆਦਾ ਪਾਉਂਦੇ ਨੇ। ਪੀੜਾ ਹੋਣ ਦੀ ਨਿਸ਼ਾਨੀ ਗੁਰੂ ਨੇ ਬਾਣੀ ਵਿੱਚ ਆਖੀ ਨਹੀਂ ਤੋ ਕਾਹੀ ਸੀ ਉਹ ਇਹ ਕਿ ਮੈਂ ਦੇਖਦਾ ਕਿ ਐਨ ਜਾਗਿਆ ਨੀਂਦ ਨਾ ਸੋਵੇ ਸੋ ਜਾਣੇ ਜਿਸ ਵੇਦਨ ਹੋਵੇ ਜਿਹਨੂੰ ਦਰਦ ਹੈ ਉਸ ਪੀੜਾ ਦਾ ਦੁੱਖ ਉਹੋ ਹੀ ਜਾਣਦਾ ਹੈ ਨਾ ਉਹਨੂੰ ਦਿਨੇ ਚੈਨ ਆਉਂਦਾ ਹੈ ਨਾ ਰਾਤ ਨੂੰ ਨੀਂਦ ਆਉਂਦੀ ਇਹ ਹਾਲਤ ਹੁੰਦੀ ਹੈ ਰੋਗੀ ਦੀ ਫਿਰ ਉਹ ਭਟਕਦਾ ਹੈ ਦਰ ਦਰ ਤੇ ਕਿਤੋਂ ਮੇਰੀ ਇਹ ਪੀੜਾ ਹਰ ਜਾਏ। ਪਰ ਬਾਬਾ ਕਬੀਰ ਜੀ ਨੇ ਅਗਲੀ ਲਾਈਨ ਅੰਦਰ ਕਮਾਲ ਕਰ ਦਿੱਤੀ ਇੱਕ ਐਸਾ ਦ੍ਰਿਸ਼ ਖਿੱਚਿਆ ਕਹਿਣ ਲੱਗੇ ਇਹ ਤਾਂ ਸੰਸਾਰ ਦੇ ਰੋਗਾਂ ਵਿੱਚ ਦ੍ਰਸੇ ਹੋਏ ਰੋਗੀਆਂ ਦੀ ਹਾਲਤ ਹੈ ਨਾ ਇੱਕ ਰੋਗ ਇੱਕ ਪੀੜਾ ਉਹ ਵੀ ਹੈ ਜਿਹੜੀ ਜਿਹੜਾ ਤੀਰ ਜਿਹੜਾ ਜ਼ਖਮ ਗੁਰੂ ਕਰਦਾ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਗੁਰਸੁੰਦਰ ਮੋਹਨ ਪਾਏ ਕਰੇ ਹੱਥ ਵਿੱਚ ਫੜ ਕੇ ਹਰ ਪ੍ਰੇਮ ਬਾਣੀ ਮਨ ਮਾਰਿਆ ਉਹ ਪ੍ਰੇਮ ਦਾ ਤੀਰ ਮੇਰੇ ਹਿਰਦੇ ਤੇ ਮੇਰੇ ਦਿਲ ਤੇ ਮਾਰਿਆ ਗੁਰੂ ਨੇ ਗੁਰਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਈ ਮੈਨੂੰ ਆਪਣਾ ਆਪ ਹੀ ਭੁੱਲ ਗਿਆ ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਤੇ ਮੇਰੇ ਅੰਦਰ ਇੱਕ ਵੇਦਨ ਭਾਵ ਪੀੜਾ ਪੈਦਾ ਹੋਈ ਉਹ ਕੀ ਸੀ ਮੇਰੇ ਅੰਤਰ ਵੇਦਨ ਪ੍ਰੇਮ ਕੀ ਗੁਰੂ ਨੇ ਐਸਾ ਪ੍ਰੇਮ ਦਾ ਤੀਰ ਮਾਰਿਆ ਕਿ ਮੇਰੇ ਅੰਦਰ ਪ੍ਰਭੂ ਪ੍ਰੇਮ ਦੀ ਪੀੜਾ ਸ਼ੁਰੂ ਹੋ ਗਈ ਮੈਨੂੰ ਪ੍ਰਭੂ ਤੋਂ ਵਿਛੋੜੇ ਦਾ ਅਹਿਸਾਸ ਹੋਇਆ ਦਰਦ ਹੋਈ ਮੈਂ ਮਾਲਕ ਕੋਲੋਂ ਜਿਸ ਮਾਲਕ ਨੇ ਮੈਨੂੰ ਪੈਦਾਇਸ਼ ਕੀਤੀ ਮੈਨੂੰ ਜੀਵਨ ਦਿੱਤਾ ਮੈਨੂੰ ਜੀਵਨ ਦੇ ਸਾਧਨ ਦਿੱਤੇ ਹਰ ਪਲ ਪਲ ਮੈਨੂੰ ਸੰਭਾਲਦਾ ਮੈਂ ਉਹਦੇ ਤੋਂ ਵਿਛੜਿਆ ਬੈਠਾ ਬਸ ਇਹ ਮੇਰੇ ਮਨ ਅੰਦਰ ਇੱਕ ਵਿਛੋੜੇ ਦਾ ਅਹਿਸਾਸ ਹੋਇਆ ਦੁੱਖ ਹੋਇਆ ਗੁਰੂ ਨੇ ਬਾਣੀ ਵਿੱਚ ਵੀ ਆਖਿਆ ਇੱਕ ਵਿਛੋੜਾ ਇੱਕ ਦੁੱਖ ਭੁੱਖ ਵਿਛੋੜੇ ਨੂੰ ਆਪਣੇ ਆਪ ਵਿੱਚ ਦੁੱਖਾਂ ਦੀ ਗਿਣਤੀ ਵਿੱਚ ਕੀਤਾ ਗੁਰੂ ਨੇ ਪਰ ਹਰ ਕਿਸੇ ਨੂੰ ਵਿਛੋੜੇ ਦਾ ਅਹਿਸਾਸ ਨਹੀਂ ਹੁੰਦਾ ਗੁਰੂ ਜਦੋਂ ਰਹਿਮਤ ਕਰਦਾ ਹੈ ਅੰਦਰ ਪ੍ਰੇਮ ਦਾ ਤੀਰ ਵੱਜਦਾ ਤਾਂ ਮਨੁੱਖ ਨੂੰ ਰੱਬੀ ਵਿਛੋੜੇ ਦਾ ਅਹਿਸਾਸ ਹੁੰਦਾ ਪਰ ਗੁਰੂ ਕਹਿੰਦੇ ਨੇ ਇੱਕ ਅਜੀਬ ਗੱਲ ਹੈ ਉਹ ਜਿਹਨੂੰ ਸੰਸਾਰਿਕ ਰੋਗ ਸੀ ਉਹ ਤਾਂ ਦਰ ਦਰ ਭਟਕ ਰਿਹਾ ਸੀ ਕਿਤੋਂ ਮੈਨੂੰ ਐਸੀ ਦਵਾਈ ਕੋਈ ਐਸਾ ਔਖਦ ਕੋਈ ਐਸਾ ਡਾਕਟਰ ਵੈਦ ਮਿਲ ਜਾਏ ਉਹ ਮੇਰੀ ਇਹ ਪੀੜਾ ਹਰ ਦੇਵੇ ਪਰ ਕਹਿਣ ਲੱਗੇ ਅਜੀਬ ਗੱਲ ਹੈ ਜਿਹਦੇ ਅੰਦਰ ਪ੍ਰੇਮ ਦੀ ਪੀੜਾ ਪੈਦਾ ਹੋ ਜਾਏ ਗੁਰੂ ਦੇ ਮਨ ਨੂੰ ਪ੍ਰੇਮ ਦੇ ਤੀਰ ਨਾਲ ਸ਼ਬਦ ਦੇ ਤੀਰ ਨਾਲ ਸ਼ਬਦ ਦੀ ਚੋਟ ਨਾਲ ਕਹਿਣ ਲੱਗੇ ਉਹ ਫਿਰ ਦਰ ਦਰ ਤੇ ਭਟਕਦਾ ਨਹੀਂ ਰਹੋ ਕਬੀਰਾ ਠੌਰ ਉਹ ਟਿਕ ਜਾਂਦਾ ਹੈ ਲਾਗੀ ਚੋਟ ਮੇਰਾ ਮੰਗੀ ਰਹੋ ਕਬੀਰਾ ਠੌਰ ਉਹ ਟਿਕ ਜਾਂਦਾ ਹੈ ਕਿਉਂਕਿ ਉਹ ਕਹਿੰਦਾ ਮੈਂ ਕਿਸ ਦਰ ਤੇ ਜਾਵਾਂ ਜਿਹੜੀ ਪੀੜਾ ਮੈਨੂੰ ਹੈ ਇਹਦਾ ਇਲਾਜ ਸੰਸਾਰ ਦੇ ਕਿਸੇ ਵੈਦ ਕੋਲ ਨਹੀਂ ਨਾ ਮੇਰੇ ਇਸ ਅੰਦਰ ਦੀ ਪੀੜਾ ਨੂੰ ਕੋਈ ਸੰਸਾਰਿਕ ਵੈਦ ਜਾਣ ਹੀ ਸਕਦਾ ਹੈ ਮੈਨੂੰ ਤਾਂ ਪਿਆਰੇ ਦੇ ਪ੍ਰੇਮ ਦੇ ਤੀਰ ਨੇ ਵਿੰਨਿਆ ਹੈ ਜਿਸ ਗੁਰੂ ਨੇ ਮੇਰੇ ਅੰਦਰ ਪਿਆਰੇ ਦੇ ਪ੍ਰੇਮ ਦਾ ਅਣਿਆਲਾ ਤੀਰ ਮਾਰਿਆ ਹੈ ਉਹ ਗੁਰੂ ਹੀ ਮੇਰੀ ਪੀੜਾ ਨੂੰ ਜਾਣਦਾ ਜਾਂ ਜਿਹਦੇ ਪ੍ਰੇਮ ਦਾ ਤੀਰ ਵੱਜਿਆ ਹੈ ਉਹ ਮਾਲਕ ਜਾਣਦਾ ਜਿਹਦੇ ਤੋਂ ਵਿਛੜ ਕੇ ਮੈਂ ਦੁਖੀ ਹੋ ਰਿਹਾ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਆਪਣੀ ਰਸਤਿਆਂ ਤੋਂ ਸਤਿਗੁਰੂ ਕਹਿੰਦੇ ਨੇ ਮੈਂ ਦੇਖਦਾ ਕੀ ਹਾਂ ਕਿ ਇਸ ਲਈ ਮੈਂ ਉਸ ਕਿਸੇ ਦਰ ਦਰ ਤੇ ਭਟਕਦਾ ਨਹੀਂ ਰਹੋ ਕਬੀਰਾ ਠੌਰ ਇਹ ਫਰਕ ਹੈ ਦੋ ਰੋਗੀਆਂ ਦਾ ਸੰਸਾਰਿਕ ਰੋਗੀ ਭਟਕਦਾ ਹੈ ਪਰ ਇੱਕ ਤੀਰ ਉਹ ਜਿਹਦੇ ਹਿਰਦੇ ਵਿੱਚ ਪ੍ਰਭੂ ਪ੍ਰੇਮ ਦਾ ਲੱਗ ਜਾਏ ਤੇ ਗੁਰੂ ਮਾਰ ਦੇਵੇ ਗੁਰੂ ਜ਼ਖਮੀ ਕਰ ਦੇਵੇ ਅੰਦਰ ਨੂੰ ਕਹਿਣ ਲੱਗੇ ਉਹਦੀ ਪੀੜਾ ਫਿਰ ਜਾਂ ਗੁਰੂ ਜਾਣਦਾ
ਤੇ ਜਾਂ ਫਿਰ ਪ੍ਰਭੂ ਜਾਣਦਾ ਹੈ। ਇਸ ਲਈ ਉਹ ਫਿਰ ਹੋਰ ਦਰਾਂ ਤੇ ਨਹੀਂ ਭਟਕਦਾ, ਉਹਨੂੰ ਦਰ ਦਰ ਦਾ ਮੁਹਤਾਜ ਨਹੀਂ ਹੋਣਾ ਪੈਂਦਾ। ਉਹ ਵਿਸ਼ਵਾਸ ਕਰਦਾ ਹੈ ਕਿ ਮੇਰਾ ਇਹ ਰੋਗ, ਮੇਰੀ ਇਹ ਪੀੜਾ ਜਾਂ ਤਾਂ ਗੁਰੂ ਹੀ ਹਰ ਸਕਦਾ ਹੈ ਜਾਂ ਮੇਰੇ ਪ੍ਰਭੂ ਦਾ ਮਿਲਾਪ ਹੀ ਹਰ ਸਕਦਾ ਹੈ। ਮੈਂ ਇਹ ਪੀੜਾ ਕਿਸ ਨੂੰ ਆਖਾਂ, ਹੋਰ ਕਿਸੇ ਵੈਦ ਦੇ ਦਰ ਤੇ ਕਿਵੇਂ ਜਾਵਾਂ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਜੋ ਮੈਂ ਬੇਦਨ ਸਾ ਕਿਸ ਅੱਖਾਂ ਮਾਈ। ਮੈਂ ਕਹਿੰਦੇ ਅੱਗੇ ਆਖਾਂ, ਦੁਨੀਆਂ ਦੀ ਵੇਦਨ ਪੀੜਾ ਤਾਂ ਵੈਦਾਂ ਕੋਲ ਜਾ ਕੇ ਕਹੀ ਜਾ ਸਕਦੀ, ਪਰ ਜਿਹੜੀ ਮੇਰੇ ਅੰਦਰ ਦੀ ਪੜੂ ਪ੍ਰਭੂ ਮਿਲਾਪ ਲਈ ਤਰਸਣ ਦੀ ਪੀੜਾ ਹੈ, ਉਹ ਮੈਂ ਕਹਿੰਦੇ ਅੱਗੇ ਆਖਾਂ, ਜੋ ਮੈਂ ਬੇਦਨ ਸਾ ਕਿਸ ਅੱਖਾਂ ਮਾਈ। ਮੇਰੀ ਬੇਦਨਾ ਕੀ ਹੈ, ਹਰ ਬਿਨ ਜੀਉ ਨਾ ਰਹੇ ਕੈਸੇ ਰਹਿ ਅੱਖਾਂ ਮਾਈ। ਕਹਿਣ ਲੱਗੇ, ਹਮਰੀ ਬੇਦਨ ਹਰ ਗੁਰਪੂਰਾ ਜਾਣੇ। ਮੇਰੀ ਵੇਦਨਾ, ਮੇਰੀ ਪੀੜਾ ਤਾਂ ਜਾਂ ਗੁਰੂ ਜਾਣਦਾ ਜਾਂ ਪ੍ਰਭੂ ਜਾਣਦਾ। ਕਹਿਣ ਲੱਗੇ, ਹਮਰੀ ਬੇਦਨ ਹਰ ਗੁਰਪੂਰਾ ਜਾਣੇ। ਕਹਿਣ ਲੱਗੇ, ਹਮਰੀ ਬੇਦਨ ਹਰ ਗੁਰਪੂਰਾ ਜਾਂ ਫਿਰ ਹਮਰੀ ਬੇਦਨ ਹਰ ਪ੍ਰਭੂ ਜਾਣੇ। ਮੇਰੇ ਮਨੰਤਰ ਕੀ ਪੀ, ਦੋਨੋਂ ਤੁਕਾਂ, ਦੋਨੋਂ ਲਾਈਨਾਂ, ਦੋਨੋਂ ਸ਼ਬਦ ਗੁਰਬਾਣੀ ਦੇ ਨੇ, ਜਿਹਦੇ ਵਿੱਚ ਆਖਿਆ ਹੈ, ਮੇਰੇ ਅੰਦਰ ਦੀ ਪੀੜਾ ਜਾਂ ਗੁਰੂ ਜਾਣਦਾ ਜਾਂ ਮੇਰਾ ਰੱਬ ਜਾਣਦਾ। ਜੋ ਮੈਂ ਬੇਦਨ ਸਾ ਕਿਸ ਆਖਾਂ ਮਾਈ। ਕਹਿਣ ਲੱਗੇ, ਹਮਰੀ ਬੇਦਨ ਹਰ ਗੁਰਪੂਰਾ ਜਾਣੇ ਜਾਂ ਫਿਰ ਹਮਰੀ ਬੇਦਨ ਆ ਪ੍ਰਭ ਜਾਣੇ। ਮੇਰੇ ਮਨ ਅੰਤਰ ਕੀ ਪੀਰ, ਰੋਗੀ ਮਾਨਸ ਹੋ ਕੇ। ਭਾਈ ਗੁਰਦਾਸ ਜੀ ਨੇ ਬੜੀ ਖੂਬਸੂਰਤ ਇੱਕ ਐਗਜ਼ਾਮਪਲ ਦਿੱਤੀ ਹੈ ਇਸ ਗੱਲ ਤੇ। ਕਹਿਣ ਲੱਗੇ, ਮਨੁੱਖ ਜਦੋਂ ਰੋਗੀ ਹੁੰਦਾ ਹੈ ਤਾਂ ਉਹ ਦਰ ਦਰ ਭਟਕਦਾ ਹੈ। ਰੋਗੀ ਮਾਨਸ ਹੋਏ ਕਿ ਫਿਰਦਾ ਬਾਹਲੇ ਵੈਦ ਪੁੱਛਦਾ, ਥਾਂ ਥਾਂ ਲੋਕਾਂ ਕੋਲੋਂ ਪੁੱਛਦਾ, ਕੋਈ ਵੈਦ ਦੱਸੋ, ਕੋਈ ਡਾਕਟਰ ਦੱਸੋ ਜਿਹਦੇ ਕੋਲੋਂ ਮੇਰਾ ਰੋਗ ਦੂਰ ਹੋ ਜਾਏ। ਸੰਸਾਰਿਕ ਰੋਗੀ ਦੀ ਇਹ ਹਾਲਤ ਹੁੰਦੀ ਹੈ। ਭਾਈ ਸਾਹਿਬ ਕਹਿੰਦੇ ਨੇ, ਰੋਗੀ ਮਾਨਸ ਹੋਏ ਕਿ ਫਿਰਦਾ ਬਾਹਲੇ ਵੈਦ ਪੁੱਛਦਾ। ਫਿਰ ਕਹਿੰਦੇ, ਕੱਚੇ ਵੈਦ ਨਾ ਜਾਣਨੀ ਵੇਦਨ ਦਾਰੂ ਰੋਗੀ ਸਰਦਾ। ਉਹ ਜਿਹੜੇ ਕੱਚੇ ਵੈਦ ਨੇ, ਉਹ ਨਾ ਵੇਦਨ ਜਾਣਦੇ ਨੇ, ਪੀੜਾ ਜਾਣਦੇ, ਨਾ ਉਹਨਾਂ ਦੀ ਪੀੜਾ ਨੂੰ ਹਰਨ ਦਾ ਕੋਈ ਉਹਨਾਂ ਕੋਲ ਇਲਾਜ ਹੁੰਦਾ। ਇਸ ਲਈ ਮੈਂ ਕੱਚੇ ਵੈਦਾਂ ਦੇ ਦਰਵਾਜ਼ੇ ਤੇ ਜਾਂਦਾ ਹੀ ਨਹੀਂ। ਬਾਬਾ ਕਬੀਰ ਆਖਦੇ ਨੇ, ਮੇਰੀ ਪੀੜਾ ਕੱਚੇ ਵੈਦਾਂ ਦੇ ਵੱਸ ਦੀ ਨਹੀਂ। ਇਸ ਲਈ ਮੈਂ ਹੁਣ ਕਹਿਣੀ ਛੱਡ ਦਿੱਤੀ ਉਹਨਾਂ ਲੋਕਾਂ ਨੂੰ, ਉਹਨਾਂ ਦੇ ਦਰ ਤੇ ਜਾਣਾ ਹੀ ਛੱਡ ਦਿੱਤਾ। ਮੈਨੂੰ ਪਤਾ ਲੱਗ ਗਿਆ, ਜਿਹੜੀ ਮੇਰੇ ਅੰਦਰ ਪ੍ਰਭੂ ਮਿਲਾਪ ਦੀ ਪੀੜਾ ਹੈ ਨਾ, ਇਹਦਾ ਇਲਾਜ ਕੇਵਲ ਗੁਰੂ ਕੋਲ ਹੈ ਜਾਂ ਮੇਰੇ ਰੱਬ ਕੋਲ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੀ। ਹੇ ਮੇਰੇ ਮਾਲਕ, ਮੈਂ ਦੁਖੀ ਹਾਂ, ਮੈਨੂੰ ਬੜੇ ਦਰਦ ਨੇ, ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇ ਜੇ ਮਾਹੀ, ਬੜੇ ਦੁੱਖ ਨੇ, ਪਰ ਉਸ ਵੇਦਨਾ ਨੂੰ, ਉਸ ਪੀੜਾ ਨੂੰ ਕੇਵਲ ਤੂੰ ਜਾਣਨਾ। ਦੁਖੀਆ ਦਰਦ ਘਣੇ ਵੇਦਨ ਜਾਣੇ ਤੂੰ ਧਣੀ। ਤੇ ਸ਼ਾਹ ਹਾਸ਼ਮ ਇੱਕ ਸੂਫੀ ਫਕੀਰ ਹੋਇਆ, ਉਹਦੀਆਂ ਦੋ ਲਾਈਨਾਂ ਵੀ ਬੜੀਆਂ ਖੂਬਸੂਰਤ ਨਾਲ ਸਮਝਣ ਵਾਲੀਆਂ। ਸ਼ਾਹ ਹਾਸ਼ਮ ਕਹਿੰਦਾ, ਜਿਸ ਦਾ ਦਰਦ ਉਸੇ ਹੱਥ ਦਾਰੂ। ਮੇਰੇ ਮਾਲਕ ਦਾ ਜਦੋਂ ਪਿਆਰ ਪ੍ਰੇਮ ਦਾ ਅੰਦਰ ਤੀਰ ਵੱਜਦਾ ਤੇ ਫਿਰ ਉਹ ਉਹਦਾ ਇਲਾਜ ਦੁਨੀਆਂ ਦੇ ਕਿਸੇ ਵੈਦ ਕੋਲ ਨਹੀਂ ਹੁੰਦਾ, ਉਹਦਾ ਇਲਾਜ ਵੀ ਉਸੇ ਮਾਲਕ ਕੋਲ ਹੁੰਦਾ ਕਿ ਉਹ ਮੈਨੂੰ ਆਪਣੀ ਗਲਵਕੜੀ ਵਿੱਚ ਲੈ ਲਵੇ, ਮੇਰਾ ਰੋਗ ਮੇਰੀ ਪੀੜਾ ਦੂਰ ਹੋ ਜਾਏਗੀ। ਸ਼ਾਹ ਹਾਸ਼ਮ ਕਹਿੰਦਾ, ਜਿਸ ਦਾ ਦਰਦ ਉਸੇ ਹੱਥ ਦਾਰੂ, ਹੋਰ ਕੌਣ ਤਬੀਬ ਗਵਾਵੇ। ਮੁੱਦਤਾਂ ਗੁਜ਼ਰ ਗਈਆਂ ਮੁੱਖ ਡਿੱਠਿਆਂ, ਮੇਰਾ ਸਾਹਿਬ ਨਜ਼ਰ ਨਾ ਆਵੇ। ਤੇ ਅੱਗੇ ਕਹਿੰਦਾ, ਹਾਸ਼ਮ ਹੋਊ ਕੋਈ ਦਿਨ ਐਸਾ ਜਦੋਂ ਸਾਹਿਬ ਲਾਇਕ ਲਾਵੇ, ਕੋਈ ਦਿਨ ਐਸਾ ਆਵੇ ਜਦੋਂ ਮੇਰਾ ਮਾਲਕ ਮੈਨੂੰ ਆਪਣੀ ਗਲਵਕੜੀ ਵਿੱਚ ਲੈ ਲੈ, ਮੇਰੀ ਤਾਂ ਪੀੜਾ ਉਸ ਦਿਨ ਹਰੇਗੀ। ਇਸ ਲਈ ਮੈਂ ਹੋਰ ਦਰਾਂ ਤੇ ਭਟਕਦਾ ਨਹੀਂ, ਨਾ ਮੈਨੂੰ ਕਿਸੇ ਹੋਰ ਦਰ ਤੇ ਜਾਣ ਦੀ ਜ਼ਰੂਰਤ ਹੈ। ਸਤਿਗੁਰੂ ਇਸੇ ਲਈ ਇੱਕ ਗੱਲ ਆਖਦੇ ਨੇ, ਮੇਰਾ ਵੈਦ ਗੁਰੂ ਗੋਬਿੰਦਾ, ਮੈਂ ਛੱਡ ਦਿੱਤਾ ਦੁਨੀਆਂ ਦੇ ਵੈਦਾਂ। ਮੇਰੇ ਅੰਦਰ ਪੀੜਾ ਦੁਨੀਆਂ ਵਾਲੀ ਨਹੀਂ, ਮੇਰੇ ਅੰਦਰ ਰੋਗ ਦੁਨੀਆਂ ਵਾਲੇ ਨਹੀਂ, ਮੇਰੇ ਅੰਦਰ ਤਾਂ ਪੀੜਾ ਹੈ
ਪ੍ਰਭੂ ਦੇ ਮਿਲਾਪ ਦੀ ਤੇ ਉਸ ਪੀੜਾ ਨੂੰ ਹਰਨ ਦਾ ਇਲਾਜ ਕੇਵਲ ਗੁਰੂ ਕੋਲ ਤੇ ਜਾਂ ਗੋਬਿੰਦ ਕੋਲ ਭਾਵ ਪ੍ਰਭੂ ਕੋਲ ਹੈ। ਇਸ ਲਈ ਮੈਂ ਸਮਝਦਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕੱਟੇ ਜਮ ਕੀ ਫੰਦਾ ਮੇਰਾ ਇਲਾਜ ਉਹਦੇ ਕੋਲ ਹੈ। ਇਸ ਲਈ ਮੈਂ ਮਾਲਕ ਦਾ ਪ੍ਰਭੂ ਦਾ ਪਿਆਰੇ ਪ੍ਰੀਤਮ ਦਾ ਦਰ ਛੱਡ ਕੇ ਤੇ ਆਪਣੇ ਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਭਟਕਣਾ ਛੱਡ ਦਿੱਤਾ ਹੈ। ਉਹੀ ਗੱਲ ਬਾਬਾ ਕਬੀਰ ਜੀ ਨੇ ਆਖਿਆ, ਕਹਿਣ ਲੱਗੇ ਲਾਗੀ ਚੋਟ ਮਿਰਮ ਕੇ ਰਹੋ ਕਬੀਰਾ ਠੌਰ। ਦੁਨੀਆਂ ਦੇ ਰੋਗੀ ਜਿਹੜੇ ਨੇ ਉਹ ਹਾਲ ਭਾਰੀਆ ਪਾਉਂਦੇ ਰਹੇ ਆਪਣੀ ਪੀੜਾ ਨੂੰ, ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ ਪੀੜਾ ਹੋਰ ਪੁਕਾਰਦੇ ਰਹੇ, ਮੈਨੂੰ ਬਹੁਤ ਦਰਦ ਹੈ, ਛੇਤੀ ਖਤਮ ਹੋਵੇ। ਪਰ ਕਹਿਣ ਲੱਗੇ ਲਾਗੀ ਚੋਟ ਮਿਰਮ ਕੀ, ਜਦੋਂ ਦੀ ਮੈਨੂੰ ਪ੍ਰੀਤਮ ਦੇ ਮਿਲਾਪ ਦੀ ਤੰਗ ਦੀ ਚੋਟ ਲੱਗੀ ਹੈ, ਮੈਂ ਦਰ ਦਰ ਤੇ ਭਟਕਦਾ ਨਹੀਂ ਬਲਕਿ ਠਹਿਰ ਗਿਆ, ਰੁਕ ਗਿਆ ਕਿ ਮੈਂ ਕੇਵਲ ਗੁਰੂ ਦਾ ਤੇ ਰੱਬ ਦਾ ਦਰ ਛੱਡ ਕੇ ਹੋਰ ਕਿਸੇ ਦਰ ਤੇ ਨਹੀਂ ਜਾਣਾ। ਮੇਰੇ ਇਸ ਅੰਦਰ ਦੀ ਪੀੜਾ ਦਾ ਇਲਾਜ ਕੇਵਲ ਗੁਰੂ ਕੋਲ ਹੈ ਤੇ ਗੋਬਿੰਦ ਕੋਲ ਹੈ। ਇਹੋ ਗੱਲ ਬਾਬਾ ਕਬੀਰ ਜੀ ਨੇ ਆਖੀ, ਕਹਿਣ ਲੱਗੀ ਲਾਗੀ ਚੋਟ ਮਿਰਮ ਮਾਰਿਆ ਹੋਇਆ ਭਟਕਦਾ, ਹਾਲ ਪਾਉਂਦਾ, ਦਰ ਦਰ ਫਿਰਦਾ। ਪਰ ਜੇ ਕਦੀ ਖੁਸ਼ਕਿਸਮਤੀ ਨਾਲ ਗੁਰੂ ਰਹਿਮਤ ਕਰਕੇ ਸ਼ਬਦ ਦੀ ਚੋਟ ਮਾਰੇ ਹਿਰਦੇ ਤੇ, ਤੇ ਉਹਦੇ ਨਾਲ ਪ੍ਰਭੂ ਪ੍ਰੇਮ ਦੀ ਪੀੜਾ ਪੈਦਾ ਹੁੰਦੀ, ਉੱਥੇ ਇਹ ਅਹਿਸਾਸ ਜਾਗਦਾ ਮੈਂ ਮਾਲਕ ਕੋਲੋਂ ਕਿਉਂ ਵਿਛੜਿਆ ਹੋਇਆ ਤੇ ਕਦੋਂ ਕਦੋਂ ਜੀਵਨ ਦਾ ਉਹ ਸਵਾਸ ਪਲ ਆਵੇ ਜਦੋਂ ਮੈਂ ਮੁੜ ਉਸਦੀ ਗਲਵੱਕੜੀ ਵਿੱਚ ਮਿਲ ਬੈਠਾ। ਬਸ ਇਹ ਮਨ ਦੀ ਲਾਲਸਾ ਜਿਹੜੀ ਹੈ ਇਹ ਇੱਕ ਪੀੜਾ ਹੈ, ਜਿਹਦੇ ਪੈਦਾ ਹੋਣ ਨਾਲ ਫਿਰ ਭਟਕਣਾ ਬੰਦ ਹੋ ਜਾਂਦਾ ਹੈ, ਉਹ ਦਰ ਦਰ ਦਾ ਮੁਹਤਾਜ ਨਹੀਂ ਹੁੰਦਾ, ਉਹਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਮੇਰੇ ਅੰਦਰ ਦੀ ਜਿਹੜੀ ਸੁਚੱਜੀ ਪੀੜਾ ਹੈ ਇਹਦਾ ਇਲਾਜ ਕੇਵਲ ਗੁਰੂ ਕੋਲ ਹੈ ਤੇ ਕੇਵਲ ਰੱਬ ਕੋਲ ਹੈ, ਪ੍ਰਭੂ ਕੋਲ ਹੈ, ਜਿਹਦੇ ਮਿਲਾਪ ਨਾਲ ਮੇਰਾ ਜੀਵਨ ਸੁਖਾਲਾ ਤੇ ਸ਼ਾਂਤ ਹੋ ਸਕਦਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।